Hastrikal ji. I just wanted to share something with everyone. First of all, ਨਵੇਂ ਸਾਲ ਦੀਆਂ ਤੁਹਾਨੂੰ ਦੋ ਦਿਨ ਪਹਿਲਾਂ ਹੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਲਈ। ਨਵਾਂ ਸਾਲ ਬਹੁਤ ਖੁਸ਼ੀਆਂ ਭਰਿਆ ਆਵੇ, ਬਹੁਤ ਤਰੱਕੀਆਂ ਬਖਸ਼ੇ ਰੱਬ ਤੁਹਾਨੂੰ। ਐਨੀਵੇਜ਼, ਵਾਟ ਆਈ ਵਾਂਟਡ ਟੂ ਸ਼ੇਅਰ ਇਜ਼ ਦੈਟ ਮੈਂ ਕੱਲ੍ਹ ਸਾਡੇ ਵਾਲੇ ਦੇਖੀ ਐਂਡ ਦਿਲ ਖੁਸ਼ ਹੋ ਗਿਆ ਦੇਖ ਕੇ, ਹੈ ਨਾ। ਬਹੁਤ ਕਮਾਲ ਦੀ ਫਿਲਮ ਬਣੀ ਆ ਅਤੇ ਬਹੁਤ ਆਪਣੇ ਪੰਜਾਬ ਦੀ ਜਿਹੜੀ ਅਸਲੀਅਤ ਹੁੰਦੀ ਆ, ਪਿੰਡਾਂ ਦੀ ਅਸਲੀਅਤ ਹੁੰਦੀ ਆ, ਉਹੋ ਜਿਹੀ ਫਿਲਮ ਆ। ਐਂਡ ਅੱਜ ਸ਼ਾਮ ਨੂੰ ਆਪਾਂ ਉਹਦੀ ਰਿਲੀਜ਼ ਡੇਟ ਅਨਾਊਂਸ ਕਰ ਰਹੇ ਹਾਂ ਅਤੇ ਸਾਰੇ ਜਿਹੜੇ ਮੇਰੇ ਦੋਸਤ ਯਾਰ ਬੇਲੀ ਮਿੱਤਰ ਆ ਸਾਰਿਆਂ ਨੂੰ ਇਹੀ ਰਿਕੁਐਸਟ ਆ ਵੀ ਉਹਨੂੰ ਸਾਰਿਆਂ ਨੂੰ ਸਾਰੀ ਜਗ੍ਹਾ ਪਹੁੰਚਾਈਏ ਆਪਾਂ। ਐਂਡ ਇਟਸ ਅ ਗ੍ਰੇਟ ਫਿਲਮ, ਜਹਾਜ਼ ਲੰਘ ਰਿਹਾ ਲੰਘ ਲੈਣ ਦਿਓ। ਤਾਂ ਫਿਲਮ ਬਹੁਤ ਵਧੀਆ ਬਣੀ ਆ, ਜਤਿੰਦਰ ਮੌਹਰ ਦੀ ਫਿਲਮ ਆ ਸਾਰੀ, ਬਹੁਤ ਕਮਾਲ, ਬਹੁਤ ਕਮਾਲ। ਇੱਕ ਇੱਕ ਇੰਟਰਨੈਸ਼ਨਲ ਸਿਨੇਮਾ ਤੁਹਾਨੂੰ ਅਸਲ ਪੰਜਾਬੀ ਜਿਹੜੀ ਗੂੜਤਾ ਉਹਦੇ 'ਚ ਦੇਖਣ ਨੂੰ ਮਿਲੂਗੀ। ਸਾਇਲੈਂਸ ਨਾਲ ਕਿਵੇਂ ਖੇਡਿਆ ਗਿਆ ਉਹਦੇ 'ਚ, ਇੱਕ ਜਿਹੜੀ ਜਿਹੜੇ ਫਰੇਮਸ ਆ, ਜਿਹੜੀ ਪਿੰਡਾਂ ਦੀ ਅਸਲ ਜ਼ਿੰਦਗੀ ਆ, ਉਹਦੇ 'ਤੇ ਫਿਲਮਾਂ ਹੀ ਨਹੀਂ ਬਣੀਆਂ ਆਪਣੇ ਪੰਜਾਬ 'ਚ। ਅਤੇ ਆਈ ਐਮ ਰੀਲੀ ਰੀਲੀ ਪ੍ਰਾਊਡ ਆਫ ਦਿਸ ਫਿਲਮ ਐਂਡ ਆਈ ਐਮ ਰੀਲੀ ਪ੍ਰਾਊਡ ਆਫ ਦ ਟੀਮ ਦੈਟ ਵੀਵ ਮੇਡ ਅ ਗ੍ਰੇਟ ਫਿਲਮ। ਐਂਡ ਇਹਦੇ 'ਚ ਤੁਹਾਨੂੰ ਆਪਣਾ ਪੰਜਾਬ ਦਿਸੂਗਾ, ਉੱਥੋਂ ਦੇ ਕੈਰੇਕਟਰ ਦਿਸਣਗੇ, ਉੱਥੋਂ ਦੇ ਜਿਹੜੇ ਅਸਲ ਲੋਕ ਦਿਖਣਗੇ, ਉਹਨਾਂ ਦੇ ਰਿਸ਼ਤੇ ਦਿਖਣਗੇ, ਉਹਨਾਂ ਦੀ ਉਹਨਾਂ 'ਚ ਮੁਹੱਬਤ ਦਿਖੂਗੀ, ਉਹਨਾਂ 'ਚ ਸਾਂਝ ਦਿਖੂਗੀ। ਸੋ ਇਟਸ ਅ ਗ੍ਰੇਟ ਫਿਲਮ। ਮੈਂ ਆਲ ਜਸਟ ਰਾਈਟ ਬੀ ਬੈਕ ਬਿਕੋਜ਼ ਆਲ ਜਸਟ ਡੂ ਵਨ ਸੈਟ। ਹਾਂਜੀ, ਹਾਂ, ਅਤੇ ਅੱਜ ਸ਼ਾਮ ਨੂੰ ਅਰਾਊਂਡ 7 ਵਜੇ ਆਪਾਂ ਉਹਦੀ ਰਿਲੀਜ਼ ਡੇਟ ਅਨਾਊਂਸ ਕਰ ਰਹੇ ਹਾਂ। ਐਂਡ ਆਈ ਵਾਂਟ ਆਲ ਆਫ ਯੂ ਟੂ ਸਪੋਰਟ ਮੀ, ਟੂ ਬੀ ਦੇਅਰ ਫੋਰ ਮੀ, ਬਿਕੋਜ਼ ਇਟ ਮੀਨਸ ਅ ਲੋਟ। ਜਿਹੜੇ ਸਾਰੇ ਆਪਾਂ ਜੁੜੇ ਹੋਏ ਹਾਂ, ਸਾਰਿਆਂ ਨਾਲ ਸਾਂਝ ਪਈ ਹੋਈ ਆ, ਉਹਦਾ ਕੋਈ ਮਤਲਬ ਆ। ਤਾਂ ਇਸੇ ਹੱਕ 'ਚ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਕਰ ਰਿਹਾ, ਜਸਟ ਬੀ ਦੇਅਰ ਬਿਕੋਜ਼ ਆਈ ਨੀਡ ਯੂ ਗਾਈਜ਼ ਐਂਡ ਆਈ ਲਵ ਯੂ ਗਾਈਜ਼।